ਸੁਖਦੀਪ ਕੰਪਿਊਟਰ ਕੈਫੇ ਟੀਵੀ ਵੇਖ ਰਹੇ ਸਾਰੇ ਸਬਸਕ੍ਰਾਈਬਰਾਂ ਨੂੰ ਅਤੇ ਚੈਨਲ ਤੇ ਪਹਿਲੀ ਵਾਰ ਆਏ ਨਵੇਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਜਦੋਂ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਜਿਹੜਾ ਐਪਲਾਈ ਕਰ ਲੈਂਦੇ ਹੋ ਜਾਇਓ ਤੁਹਾਡਾ ਪੱਕਾ ਲਾਇਸੈਂਸ ਹੈ ਜਾਂ ਫਿਰ ਤੁਹਾਡਾ ਲਰਨਰ ਲਾਇਸੈਂਸ ਹੈ ਉਹਦਾ ਸਟੇਟਸ ਜਿਹੜਾ ਹੈ ਕਿਵੇਂ ਚੈੱਕ ਕਰਨਾ ਹੈ ਕਿ ਸਾਡਾ ਜੋ ਲਾਇਸੈਂਸ ਦਾ ਪ੍ਰੋਸੀਜਰ ਹੈ ਜੋ ਅਸੀਂ ਅਪਲਾਈ ਕੀਤਾ ਜੋ ਅਸੀਂ ਡਾਕੂਮੈਂਟਸ ਅਪਲੋਡ ਕੀਤੇ ਆ ਗਿਆ ਉਹ ਕਿਸ ਪ੍ਰੋਸੈਸ ਤੇ ਚੱਲ ਰਿਹਾ ਸੋ ਪੂਰੀ ਜਾਣਕਾਰੀ ਜਿਹੜੀ ਇਹ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੇਣ ਜਾ ਰਹੇ ਹੈਗੇ ਕਿ ਕਿਸ ਪ੍ਰੋਸੈਸ ਨਾਲ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਦਾ ਸਟੇਟਸ ਜਿਹੜਾ ਚੈੱਕ ਕਰਨਾ ਹੈਗਾ ਇਸ ਵੈਬਸਾਈਟ ਦਾ ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ ਠੀਕ ਆ ਸੋ ਹੁਣ ਅਸੀਂ ਚੱਲਦੇ ਹੈਗਿਆ ਇਸ ਵੈਬਸਾਈਟ ਤੇ ਆਨਲਾਈਨ ਸਰਵਿਸ ਤੇ ਆਨਲਾਈਨ ਸਰਵਿਸਿਜ਼ ਦੇ ਵਿੱਚ ਇੱਕ ਆਪਸ਼ਨ ਆ ਰਹੀ ਹੈਗੀ ਹੈ ਡਰਾਈਵਿੰਗ ਲਾਇਸੈਂਸ ਰਿਲੇਟਡ ਸਰਵਿਸ ਬਸ ਇਸ ਲਿੰਕ ਤੇ ਤੁਸੀਂ ਕਲਿੱਕ ਕਰ ਦੇਣਾ ਹੈਗਾ ਇਸ ਲਿੰਕ ਤੇ ਤੁਸੀਂ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣੀ ਸਟੇਟ ਜਿਹੜੀ ਹੈ ਜਿਵੇਂ ਅਸੀਂ ਪੰਜਾਬ ਤੋਂ ਬਿਲੋਂਗ ਕਰਦੇ ਹਾਂ ਪੰਜਾਬ ਅਸੀਂ ਸਿਲੈਕਟ ਕਰ ਲੈਣੇ ਹੈਗੇ ਆ ਸਿਲੈਕਟ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਥੇ ਇੱਕ ਆਪਸ਼ਨ ਆ ਜਾਂਦੀ ਹੈਗੀ ਹੈ ਸੋ ਆਪਸ਼ਨ ਨੂੰ ਤੁਸੀਂ ਡਿਲੀਟ ਕਰ ਦੇਣਾ ਹੈਗਾ ਸਭ ਤੋਂ ਉੱਪਰ ਤੁਸੀਂ ਦੇਖ ਰਹੇ ਹੋਵੋਗੇ ਫਾਈਲ ਯੂਅਰ ਗ੍ਰੇਵੈਂਸ ਐਪਲੀਕੇਸ਼ਨ ਸਟੇਟਸ ਤੁਸੀਂ ਐਪਲੀਕੇਸ਼ਨ ਸਟੇਟਸ ਤੇ ਕਲਿੱਕ ਜਿਹੜਾ ਕਰ ਦੇਣਾ ਹੈਗਾ ਹੁਣ ਤੁਸੀਂ ਇੱਥੇ ਆਪਣਾ ਉਹ ਐਪਲੀਕੇਸ਼ਨ ਨੰਬਰ ਭਰਨਾ ਹੈਗਾ ਜੋ ਤੁਸੀਂ ਆਪਣਾ ਨੋਟਿਸਮੈਂਟ ਨੰਬਰ ਤੇ ਤੁਹਾਨੂੰ ਮਿਲਿਆ ਸੀ ਜਿਵੇਂ ਕਿ ਅਸੀਂ ਇਹਦੇ ਵਿੱਚ ਟਾਈਪ ਕਰ ਰਹੇ ਹਾਂ ਗਿਆ ਠੀਕ ਆ ਸੋ ਹੁਣ ਅਸੀਂ ਡੇਟ ਆਫ ਬਰਥ ਜਿਹੜੀ ਆ ਉਹ ਟਾਈਪ ਜਿਹੜੀ ਆ ਕਰ ਦਿੰਨੇ ਹੈਗੇ ਆ ਟਾਈਪ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਕੈਪਚਾ ਜਿਹੜਾ ਆ ਉਹ ਦਿਖ ਰਿਹਾ ਹੋਵੇਗਾ ਕੈਪਚਾ ਟਾਈਪ ਕਰ ਦਿਓ ਜੇਕਰ ਕੈਪਚਾ ਨਹੀਂ ਸਮਝ ਨਾ ਲੱਗ ਰਹੀ ਹੋਵੇ ਤਾਂ ਰੀਫਰੈਸ਼ ਦਾ ਬਟਨ ਤੇ ਕਲਿੱਕ ਕਰਕੇ ਕੈਪਚੇ ਨੂੰ ਚੇਂਜ ਕਰ ਸਕਦੇ ਹੋ ਬਾਕੀ ਦੋਸਤੋ ਤੁਹਾਨੂੰ ਇੱਕ ਬੇਨਤੀ ਹੈ ਕਿ ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਦੇ ਰਿਲੇਟਡ ਐਚਐਮਵੀ ਡਰਾਈਵਿੰਗ ਲਾਇਸੈਂਸ ਦੇ ਰਿਲੇਟਡ ਆਰਸੀ ਦੇ ਰਿਲੇਟਡ ਪਾਸਪੋਰਟ ਦੇ ਰਿਲੇਟਡ ਰੈਜ਼ੀਡੈਂਸ ਸਰਟੀਫਿਕੇਟ ਵਿਲੇਜ ਕਰੈਕਟਰ ਅਨਮੈਰਿਡ ਪੀਸੀਸੀ ਠੀਕ ਹੈ ਸੋ ਇਹਨਾਂ ਟੌਪਿਕਸ ਤੇ ਜਾਂ ਫਿਰ ਰਾਸ਼ਨ ਕਾਰਡ, ਬੁਢਾਪਾ ਪੈਨਸ਼ਨ ਜਿੰਨੀਆਂ ਵੀ ਸਰਕਾਰ ਦੇ ਡਾਕੂਮੈਂਟਸ ਹੁੰਦੇ ਨੇ ਉਹਨਾਂ ਸਾਰੇ ਹੀ ਡਾਕੂਮੈਂਟਸ ਦੀ ਜਾਣਕਾਰੀ ਜੋ ਕਿ ਤੁਹਾਡੀ ਲਾਈਫ ਵਿੱਚ ਹਰ ਰੋਜ਼ ਕੰਮ ਆਉਂਦੇ ਨੇ ਸੋ ਇਹਨਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸੋ ਹੁਣ ਅਸੀਂ ਸਬਮਿਟ ਦੇ ਬਟਨ ਤੇ ਕਲਿੱਕ ਕਰ ਦਨੇ ਹੈ ਗਿਆ ਜਦੋਂ ਤੁਸੀਂ ਸਬਮਿਟ ਦੇ ਬਟਨ ਤੇ ਕਲਿੱਕ ਕਰੋਗੇ ਇੱਥੇ ਤੁਹਾਡੀ ਫੋਟੋ ਆ ਜਾਂਦੀ ਹੈ ਗਿਆ ਠੀਕ ਹੈ ਹੁਣ ਇੱਥੇ ਤੁਸੀਂ ਦੇਖੋ অপਸ਼ਨ ਆ ਰਹੀ ਹੈ ਗਿਆ ਕਿ ਐਪਲੀਕੇਸ਼ਨ ਜਿਹੜੀ ਆ ਸਬਮਿਟਡ ਹੋ ਗਈ ਹੈ ਫਾਰ ਕੰਟੈਕਟਲੈਸ ਸਰਵਿਸ no need to visit rto office ਮਤਲਬ ਕਿ ਜੋ ਤੁਸੀਂ ਜੇਕਰ ਤੁਸੀਂ ਆਪਣਾ ਅਨ ਡਰਾਈਵਿੰਗ ਲਾਇਸੈਂਸ ਜਿਹੜਾ ਲਰਨਰ ਹੈਗਾ ਉਹ ਤੁਸੀਂ KYC ਦੇ ਨਾਲ ਆਧਾਰ ਕਾਰਡ ਦੀ KYC ਦੇ ਨਾਲ ਅਪਲਾਈ ਕੀਤਾ ਤਾਂ ਤੁਹਾਨੂੰ ਆਪਣੇ ਆਰਟੀ ਆਫਿਸ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਆਪਣਾ ਜਿਹੜਾ ਡਰਾਈਵਿੰਗ ਲਾਇਸੈਂਸ ਦਾ ਲਰਨਰ ਲਾਇਸੈਂਸ ਦਾ ਜੋ ਟੈਸਟ ਹੈਗਾ ਉਹ ਤੁਸੀਂ ਆਨਲਾਈਨ ਵੀ ਦੇ ਸਕਦੇ ਹੋ ਜੇਕਰ ਉਹ ਆਨਲਾਈਨ অপਸ਼ਨ ਨਹੀਂ ਆਂਦੀ ਹੈਗੀ ਤਾਂ ਫਿਰ ਤੁਹਾਨੂੰ ਆਪਣੇ ਆਰਟੀ ਆਫਿਸ ਜਾਣਾ ਹੀ ਹੋਵੇਗਾ ਇਸ ਤੋਂ ਬਾਅਦ نیچے ਆ ਜਾਣੇ ਹੈਗੇ ਆ ਤੇ نیچے ਤੁਸੀਂ ਦੇਖੋ ਕਿ ਐਪਲੀਕੇਸ਼ਨ ਇਜ਼ ਅੰਡਰ ਪ੍ਰੋਸੈਸਿੰਗ 8 ਆਰਟੀਓ ਲੈਵਲ ਦੇਖੋ ਕਿ ਹੁਣ ਜੇਕਰ ਤੁਹਾਡਾ ਇਹ ਸਟੇਟਸ ਆ ਰਿਹਾ ਹੈਗਾ ਤੇ ਤੁਸੀਂ ਟੈਸਟ ਵੀ ਦੇ ਚੁੱਕੇ ਹੈਗੇ ਹੋ ਤਾਂ ਇਹਦਾ ਮਤਲਬ ਹੈ ਕਿ ਤੁਹਾਡੇ ਆਰਟੀਓ ਆਫਿਸ ਵਾਲਿਆਂ ਨੇ ਤੁਹਾਡਾ ਜੋ ਲਰਨਰ ਲਾਇਸੈਂਸ ਦਾ ਹੈਗਾ ਤੁਹਾਡਾ ਡਾਕੂਮੈਂਟਸ ਹੈਗੇ ਨੇ ਉਹ ਅਜੇ ਤੱਕ ਨਹੀਂ ਦੇਖੇ ਹੈਗੇ ਕਿਉਂਕਿ ਆਹ ਦੇਖੋ ਤੁਸੀਂ ਇੱਥੇ ਦੇਖ ਰਹੇ ਹੋ ਸਕਰੂਟੀ ਆ ਰਹੀ ਹੈਗੀ ਹੈ ਵੈਰੀਫਿਕੇਸ਼ਨ ਆਫ ਪ੍ਰੂਫ ਡਾਕੂਮੈਂਟ ਕਿ ਜਿਹੜੇ ਤੁਸੀਂ ਆਪਣੇ ਡਾਕੂਮੈਂਟ ਅਪਲੋਡ ਕੀਤੇ ਆ ਤੁਸੀਂ ਮੈਡੀਕਲ ਸਰਟੀਫਿਕੇਟ ਅਪਲੋਡ ਕੀਤਾ ਪੰਜਾਬ ਸਵੈ ਘੋਸ਼ਣਾ ਡਾਕੂਮੈਂਟ ਅਪਲੋਡ ਕੀਤਾ ਆਧਾਰ卡 ਅਪਲੋਡ ਕੀਤਾ ਫੋਟੋ ਅਪਲੋਡ ਕੀਤੀ ਹੈ ਸਾਈਨ ਅਪਲੋਡ ਕੀਤੇ ਆ ਉਹਨਾਂ ਦੀ ਅਜੇ ਵੈਰੀਫਿਕੇਸ਼ਨ ਜਿਹੜੀ ਆ ਆਰਟੀਓ ਦਫ਼ਤਰ ਤੋਂ ਨਹੀਂ ਹੋਈ ਹੈਗੀ ਜਦੋਂ ਆਰਟੀਓ ਦਫ਼ਤਰ ਤੋਂ ਹੋ ਜਾਂਦੀ ਆ ਉਸ ਤੋਂ ਬਾਅਦ ਤੁਹਾਡਾ ਸਟੇਟਸ ਜਿਹੜਾ ਚੇਂਜ ਹੋ ਜਾਂਦਾ ਸੋ ਇਸ ਤਰੀਕੇ ਨਾਲ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਲਰਨਰ ਲਾਇਸੈਂਸ ਦਾ ਜਾਂ ਫਿਰ ਪੱਕਾ ਲਾਇਸੈਂਸ ਜਾਂ ਫਿਰ ਤੁਹਾਡਾ ਹੈਵੀ ਲਾਇਸੈਂਸ ਹੈਗਾ ਉਹਦਾ ਸਟੇਟਸ ਜਿਹੜਾ ਤੁਸੀਂ ਇਸ ਤਰੀਕੇ ਨਾਲ ਚੈੱਕ ਕਰ ਸਕਦੇ ਹੋ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਆ ਪਤਾ ਲੱਗ ਗਈ ਹੋਵੇਗੀ ਹੋਰ ਵੀਡੀਓ ਦੀ ਅਪਡੇਟ ਜਾਣਨ ਲਈ ਚੈਨਲ ਨਾਲ ਜੁੜੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ